दरवाजे मगर भी हो गई है। मैं तो पूरे हुक्माए कराम का शुक्रिया अदा करांगे ने तशरीफ आ गई है। उनके नसन भजन का मौका होना है। पूछना है कि कुछ लोग की रखिया है करता था। लिया कमरे लिया यार अगे ਬੈਠੇ ਲੈ ਕੇ ਠੀਕ ਹੈ ਸੂਬੇ ਤੇ ਖੇਡ ਦੇ ਇੱਕ ਮਿੰਟ ਬਰ ਖਾ ਅੱਗੇ ਲਿਆ ਇੱਧਰ ਲਿਆ ਸਾਹਮਣੇ ਉਦਾਂ ਚੁੱਕਦੇ ਇੱਥੇ ਰਿਹਾ ਹੋਇਆ ਵੀਡੀਓ ਉੱਥੇ ਚੁੱਕਦੇ ਨੇ ਸਾਰੇ ਦੇਖ ਰਹੇ ਨੇ ਲੈ ਯਾਰ ਉਹ ਚੁੱਕੇ ਜਾ ਕੇ ਉਦਾਂ ਚੁੱਕਦੇ ਹੋ ਠੀਕ ਹੈ ਠੀਕ ਹੋ ਗਿਆ ਦੱਸ ਦਿਓ ਥੱਲੇ ਠੀਕ ਹੈ पहले वाला करें फिर पहले हाँ जी ऐसे सवाल की है बारे इस करूरे से किन अमराज का पता चलेगा ये चल रहा है थले जो प्यार जम जाना रेक आ जाए ये वही मुआद जो जमा हो गया तो पत्थरी के जहाँ से और वो सब सब चेचा स्क्रैच निकल गई है ये वही है बुद्धि है तकरीबन सारे करूरे जड़े ने बुद्धि नहीं है दूसरी उठाओ ऐ दूसरी पत्थरी में भी है ये भी इधर जो भी सारा जलाल आ रहा है ना कंदूरत भी आ रही है जलाल भी आ रहा है ते गैर नजदीक पुख्ता नहीं होया गुरदे की वीकनेस आ रही है जो भी गुरदा ही आ रहा है जो गुरद्या का जोफ हो कि तारीख से होंगे कि तारीख होंगी मैं थोड़े को पूछना है जी असाबी होंगी कि होंगी ना होंगी असाबी उर्दी जो आ जाता और पहला दिखाया से ना गहरा सी वो असाबी उर्दी तहरीक का बुक कर रहा है बड़ा पहला गहरा गहरा हाँ ये असाबी उर्दी तहरीक का बुक है अदराती साबी मामा अदराती साबी मामा ही देखता हूँ आमला सारा ही जरा माल निकल ही जाए गुरदा करी जरा सुकून की आ जाए बाद तहरीर हो जाए हम सुकून आ और जरा दूसरा दिखाया वो भाई प्राइम दिखाया सब दूसरा जी है वाला हाँ इतने तो जी है ना अदराती बुद्धि रखते हैं ने अदराती साबित हो अदराती बुद्धि तहरीर नहीं रखते ये नजर ही ना है इतने तो गुरदे तहरीर दे रही सुकून दिता से इतने तहरीक देनी कोई नहीं तहरीक नहीं सिर्फ कुवत वाली देनी है मकवी वाली देनी है अलाती गुंडी जो गुंडे को तकवीयत मिलती है जिगर तकवीयत मिलती है वो तकवीयत वाली चीजा होंगे वो अलाती गुंडी गुदावं भी हो सकती हैं दुआव भी हो सकती हैं मौके देते कोई दूसरिया रात दे के गुरु दस देखो ਇਹ ਵੀ ਕਰੂਰਾ ਜਿਹੜਾ ਨਾ ਇਹ ਵੀ ਸੁਣਦੀ ਹੈ ਇਹਦੇ 'ਚ ਵੀ ਸਾਰੀ ਬੱਸ ਆ ਰਹੀ ਠੀਕ ਬਾਤ ਸਾਬੀ ਇਹ ਵੀ ਸਾਬੀ ਹੁੰਦੀ ਹੈ ਇਹਦਾ ਵੀ ਪਹਿਲੇ ਦੇ ਨਾਲ ਹੀ ਰੱਖ ਲੈਣਾ ਪੱਤਰੀ ਹੈ ਜੇ ਕਿਸੇ ਬੀਬੀ ਦਾ ਕਰੂਰਾ ਤੇ ਬੰਦੇ ਦਾ ਬੰਦੇ ਦਾ ਅਗਰ ਥੋੜਾ ਹੈ ਬੰਦੇ ਦਾ ਬੰਦੇ ਦਾ ਬੰਦੇ ਦਾ ਹੈ ਦੋਨੋਂ ਨਾ ਕੋਈ बिछड़ी
ਪਿੱਛੇ ਰੋਸ਼ਨੀ ਰੋਸ਼ਨੀ ਰੱਖੋ ਨਾ ਇਧਰਲੇ ਪਾਸੇ ਜਰਾ ਬਤਾ ਲਓ ਇਹ ਵੀ ਬੰਦਾ ਬੜਾ ਵੀਕ ਹੋਏਗਾ ਤੁਹਾਨੂੰ ਜੇ ਤਾਂ ਬੰਦਿਆਂ ਦਾ ਜਵਾਬ ਨਹੀਂ ਉਹਨਾਂ ਦਾ ਪਤਾ ਹੈਗਾ ਤੁਹਾਡਾ ਉਹ ਬੰਦਿਆਂ ਦਾ ਪਤਾ ਹੋਣਾ ਚਾਹੀਦਾ ਫਿਰ ਤੁਹਾਨੂੰ ਪਤਾ ਲੱਗਦਾ ਜੀ ਇੱਦਾਂ ਨਾ ਲੈਂਦੇ ਨਾ ਉੱਤੇ ਨਾ ਲੈਂਦੇ ਤਸਦੀਕ ਤਕਦੀਰ ਤਾਂ ਹੁੰਦਾ ਸਭ ਦੱਸ ਕਿ ਜਿਹਦਾ ਪਿਸ਼ਾਬ ਸੀ ਨਾ ਉਹ ਇੱਦਾਂ ਸੀ ਤੁਹਾਡੇ ਸਾਹਮਣੇ ਹੁੰਦੀ ਤਾਂ ਨਾ ਲੈਂਦੇ ਨਾ ਤੇ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹੁਣ ਤੁਸੀਂ ਇਸ ਤਰ੍ਹਾਂ ਪੁੱਛੋਗੇ ਤਾਂ ਤੁਹਾਨੂੰ ਯਾਦ ਵੀ ਨਹੀਂ ਰਹਿਣਾ ਤੁਹਾਡੇ ਬੰਦਾ ਸਾਹਮਣੇ ਹੁੰਦਾ ਤੁਸੀਂ ਉਹ ਪਿਸ਼ਾਬ ਦਿਖਾਉਂਦੇ ਫਿਰ ਇਹ ਪੁੱਛਦੇ ਨਾ ਤੇ ਫਿਰ ਕੁਛ ਤੁਹਾਨੂੰ ਪਤਾ ਹੁੰਦਾ ਵੀ ਬਾਕੀ ਇਸ ਤਰ੍ਹਾਂ ਹੈ ਕਿ ਨਹੀਂ ਹੈ ਚਲੋ ਆਇੰਦਾ ਪਰਚੀ ਦੀ ਤਸਵੀਰ ਲੈ ਲਾ ਪੱਤਰੀ ਇਹ ਯੂਰੇ ਕਿਸ਼ਨ ਦੀ ਪੱਤਰੀ ਵਾਲਾ ਜੀ ਉਹਦੇ ਉਹ ਜਿਹੜੀਆਂ ਉਹ ਪਹਿਲੇ ਦਿਖਾਏ ਸੀਗੇ ਉਹ ਦੋਖ 'ਚ ਜਾਂਦੇ ਪਏ ਉਹਨਾਂ ਨੇ ਦੋਖ ਖਾਸ ਵੀ ਜਾਂਦਾ ਪਿਆ ਇਹਦੇ 'ਚ ਦੋਖ ਨਹੀਂ ਹੈ ਦੋਖ ਖਾਸ ਨਹੀਂ ਆਉਣਾ ਲੇਕਿਨ ਸੋਚ 'ਚ ਨਾਇਦਾ ਹੈ ਜ਼ਖਮੀ ਹੈ ਦੋਖ ਖਾਸ ਵੀ ਕਦੇ ਨਾ ਜਿਹਨੂੰ ਦੇਣਾ ਪਿਆ ਮਤਲਬੀ ਉਹਦਾ ਬੁਰਜੇ ਦੇ ਸਾਹਮਣੇ ਜਿਹੜਾ ਗੈਸ ਹੈਗੀ ਉਹ ਠੀਕ ਹੋਣਾ ਕੋਈ ਕੁਛ ਨਾ ਕੁਛ ਇਹ ਸਾਰੇ ਕਰੂਰੇ ਉਹਨਾਂ ਬੰਦਿਆਂ ਦੇ ਨੇ ਜਿਨ੍ਹਾਂ ਦੀ ਅਲਟਰਾਸਾਊਂਡ ਚੈੱਕ ਤੇ ਪੱਤਰੀ ਕਰਾਈ ਦੀ ਜਾਂਚ ਕਰਾਣਾ ਮਕਸਦ ਨਹੀਂ ਇਹਨਾਂ ਦੇ ਹੈ ਨੇ ਕਨਫਰਮ ਗਿਆ ਨੇ ਕਿ ਉਹਨਾਂ ਬੰਦਿਆਂ ਦੇ ਫੋਟੋਆਂ ਦੀ ਪੱਤਰੀ ਆਈਆਂ ਨੇ ਉਹਨਾਂ ਦੇ ਕਰੂਰੇ ਲੈ ਗਏ ਜਿਹਦੇ ਜਿਹਨਾਂ ਦੇ ਦੇਖਦੇ ਪਏ ਨਾ ਤੁਸੀਂ ਗਾੜਾ ਪਾਣੇ ਕਦੂਰਤ ਆ ਰਹੀ ਹੈ ਅਤੇ ਕਦੂਰਤ ਆਉਣੀ ਹੈਗੀ ਗੈਰ ਨਾਮਿਆਤੀ ਮੁਆਦਨਾ ਨਾਮਿਆਤੀ ਮੁਆਦ ਤੋਂ ਜਿਹੜੀਆਂ ਸਾਰੀਆਂ ਕੈਲਸ਼ੀਅਮ ਵਗੈਰਾ ਦੀਆਂ ਪੱਤੀਆਂ ਜਿਹੜੀਆਂ ਤੇ ਨਾਮਿਆਤੀ ਜਿਹੜੀਆਂ ਨੇ ਉਹ ਸਾਡੇ ਜਿਹੜੇ ਅੰਦਰ ਜ਼ਖਮ ਹੋ ਜਾਣ ਉਹਦੇ ਵਿੱਚੋਂ ਜਿਹੜੀ ਪੀਪ ਸ਼ੀਪ ਨਿਕਲਦੀ ਜੋ ਕੋਈ ਨਿਕਲਦਾ ਉਹ ਜੰਮ ਕੇ ਆਪਣੀ ਬਣ ਫਿਰ ਉਹ ਨਾਮਿਆਤੀ ਅਤੇ ਗੈਰ ਨਾਮਿਆਤੀ ਦੋਵੇਂ ਮਿਲ ਕੇ ਯੂਰਕ ਇਸ ਦੇ ਨਾਲ ਮੁਆਦ ਜੋੜ ਕੇ ਪਸ ਦੇ ਨਾਲ ਮੁਆਦ ਜੋੜ ਕੇ ਗਲੀ ਮਾਤਾ ਜਿਹੜੇ ਸਾਰੇ ਕਿਸਮ ਦੇ ਵਿੱਚੋਂ ਹਰ ਕਿਸਮ ਦੇ ਮੁਆਦ ਜਿਹੜੇ ਅਸੀਂ ਸਬਜ਼ੀ ਖੋਰ ਜਿਹੜੇ ਜਾਨਵਰ ਨੇ ਉਹ ਸਬਜ਼ੀਆਂ ਹੀ ਬਹੁਤੀਆਂ ਖਾਂਦੇ ਜਾਂਦੇ ਨੇਗੇ ਪਰ ਉਹ ਫਿਰ ਵਰਜਿਸ਼ ਵੀ ਨਹੀਂ ਕਰਦੇ ਹੈਗੇ ਕੰਮ ਵੀ ਨਹੀਂ ਕਰਦੇ ਅਕਸਰ ਪੱਥੀਆਂ ਉਹਨਾਂ ਦੇ ਬਾਣੀ 'ਚ ਚੀਜ਼ਾਂ ਖਾਂਦੇ ਨੇ ਅਤੇ ਫਿਰ ਰੈਸਟ ਕਰੀ ਰੱਖਦੇ ਜਦੋਂ ਉਹ ਚੱਲਦੇ ਫਿਰਦੇ ਰਹਿਣਗੇ ਰਵਾਂ ਦਵਾਂ ਰਹਿਣਾ ਫਿਰ ਪੱਥਰੀ ਬਣ ਜਾਏ ਅੱਤੋਂ ਲਿਮਕਾਨ ਨਹੀਂ ਬਣਨੀ ਹਾਂ ਜਦੋਂ ਫਿਤਰਤ ਤੋਂ ਜ਼ਿਆਦਾ ਹੀ ਹਟ ਗਏ ਨੇਗੇ ਉਦੋਂ ਖਾਈ ਜਾਂਦੇ ਨੇ ਸ਼ਰਾਬ ਪੀਵੀ ਜਾਂਦੇ ਗੋਸ਼ਤ ਖਾਈ ਜਾਂਦੇ ਨੇ ਅਤੇ ਉਧਰੋਂ ਕੰਮ ਵੀ ਦੂਸਰਾ ਕਰੀ ਜਾਂਦੇ ਨੇ ਉਹ ਗਿਜ਼ਾ ਕੱਚੀ ਰਹਿ ਕੇ ਗੁਰਦੇ ਆਪਣਾ ਕੰਮ ਕਰ ਅਤੇ ਝਾਗਾ ਜਿਹਦੇ ਉੱਤੇ ਆ ਗਈ ਝੱਗ ਵਾਲਾ ਜਿਹੜਾ ਜਿਹਦੇ ਥੋੜ੍ਹੀ ਝੱਗ ਹੋਵੇ ਨਾ ਬਹੁਤ ਹੁੰਦੀ ਉਹ ਬੰਦੇ 'ਚ ਪ੍ਰੈਸ਼ਰ ਹੀ ਅਤੇ ਜਿਹੜਾ ਜਿਹੜਾ ਸਬਜ਼ੀ ਜਿਹੜੇ ਬਹੁਤੇ ਸਬਜ਼ੀਆਂ ਖਾਂਦੇ ਉਹਨਾਂ ਦੀ ਐਗਜ਼ਾਇਰਕ ਦੀਆਂ ਪੱਤੀਆਂ ਪਾਉਂਦੀਆਂ ਐਗਜ਼ਾਇਰਕ ਕੇਸਰ ਜਿਹੜਾ ਉਹ ਤੁਹਾਡੀਆਂ ਸਬਜ਼ੀਆਂ ਦਾ ਜਾਂ ਸਬਜ਼ੀ ਚੀਜ਼ਾਂ ਦੇ ਵਿੱਚੋਂ ਉਹਦਾ ਉਹ ਹਿੱਸਾ ਲੇਗਾ ਜਿਹੜਾ ਸਬਜ਼ੀਆਂ ਵਿੱਚ ਹਿੱਸਾ ਹੁੰਦਾ ਜਿਹੜਾ ਸਬਜ਼ੀ ਨਵਾਤਾਤ 'ਚ ਹਿੱਸਾ ਹੁੰਦਾ ਉਹਨੂੰ ਕਹਿੰਦੇ ਜਿਹੜਾ ਤੁਹਾਡਾ ਆਪਣਾ ਯੂਰਿਕ ਕੇਸਰ ਹੈਗਾ ਉਹ ਗੋਸ਼ਤ ਦੇ ਵਿੱਚ ਹੁੰਦਾ ਯੂਰੀਆ ਹੁੰਦਾ ਪਿਛਲੀ ਵਾਰੀ ਪੜ੍ਹਿਆ ਹੈ ਯੂਰੀਆ ਦੇ ਉੱਤੇ ਪਿਛਲਾ ਸੀ ਕੋਈ ਯੂਰਿਕ ਕੇਸਰ ਜਿਹੜਾ ਉਹ ਗੋਸ਼ਤ ਦਾ ਹੁੰਦਾ ਪ੍ਰੋਟੀਨ ਦਾ ਹੁੰਦਾ ਫਾਕ ਅਤੇ ਆਪਣੇ ਅੰਡੇ ਖਾਣ ਦੇ ਨਾਲ ਵੀ ਹੁੰਦੀਆਂ ਪੱਥਰੀਆਂ ਬਣ ਫਾਸਫੋਰਸ ਦੀਆਂ ਪੱਥਰੀਆਂ ਜਿਹੜੀਆਂ ਉਹ ਮਿਲੀਆਂ ਜੁਲੀਆਂ ਹੁੰਦੀਆਂ ਅਤੇ ਬੁੱਧੀ ਤਹਿਰੀਕ ਦੀਆਂ ਜਿਹੜੀਆਂ ਵੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਉਦੋਂ ਬੜੀਆਂ ਆਪਣਾ ਆ ਜਾਣਗੀਆਂ ਸਬਜ਼ੀਆਂ ਵਿੱਚ ਵੀ ਆ ਜਾਣੀਆਂ ਜਾਂ ਸਬਜ਼ੀ ਖੇਤਰ ਨੇ ਕੈਲਸ਼ੀਅਮ ਆਕਸੀਲੇਟ ਕੈਲਸ਼ੀਅਮ ਫਾਸਫੇਟ ਜਿਹੜੀ ਕੈਲਸ਼ੀਅਮ ਦੇ ਨਾਲ ਖੇਤਰ ਜਿਵੇਂ ਹੁਣ ਆਇਨ ਦੀ ਗੱਲ ਕੀਤੀ ਸੀ ਇਹਨਾਂ ਦੀ ਕਾਲੀ ਸਾਹਿਬ ਨੇ ਕੀਤੀ ਸੀ ਇਹਨਾਂ ਦੇ ਆਇਨ ਬਣਦੇ ਨੇ ਇਹਨਾਂ ਦੇ ਕੰਪਾਊਂਡ ਬਣਦੇ ਨੇਗੇ ਅੰਦਰ ਮੈਟਾਬੋਲਿਜ਼ਮ ਹੁੰਦਾ ਰਹੇਗਾ ਬਾਇਓਕੈਮਿਸਟਰੀ ਦੇ ਨਾਲ ਯਾਦ ਨਾਲ ਜਿਹੜੀਆਂ ਤਰਤੀਬ ਹੁੰਦੇ ਨੇ ਉਹ ਮਾਂ ਜਿਹੜੇ ਨਿਕਲਣ
नहीं सकते फस पे या तो गुर्दा सुकून की हालत हो रही उ पत्ती बन गया क्योंकि अपना फंक्शन नहीं करता सुकून उतु मुआ जमा हो गया दूसरा मुआद उतो पिछों आँगा ही गाढ़ा पिया तो गुर्दा भी जरा सुकून चो दूसरा यदा मुआद भी गाढ़ा आता पिया या तो गुर्दा जरा इंकबाद आ गया अपनी पड़ाओ आ गया तहरीक कोई अपना काम खुल के नहीं कर पाता प्रेशर हो भी अपना काम ईजीली नहीं कर सकते नींद आँगी हो अपना काम सही तरह नहीं कर नींद की हालत समझो सुकून की हालत प्रैशर की हालत सर समझो तारी अंकवाद की घुटन की हालत तहलील हो रहा भी तभी जो पत्थरी पही है ना फिर उसने निकल की कोशिश करनी है तहलील जो गुरदा हो भी कम आप कम नहीं ना करता पे जो मुआद गाढ़ा आता तो उसे भी बन सकती तहलील अच्छा लेकिन तस्कीन तहरीक के इंकवाद के ज्यादा असर होता है मन ये तस्कीन जो बनी है तो उन्होंने हराओ हम तहरीक जो है ये तहरीक जो बनिया ने जो सभी तरीके नहीं पहली यानी कि वो जलाती जो सुपड़ाओ चाहेगा ना जी जी तो सुपड़ाओ तोड़ना ढिला करना ताकि निकल जाए हम छोटी पत्थरी हो तो निकली जानी वीड्डी पत्थरी हो इधर निकल गया तो और वीड्डी पत्थरी ही दर्द कर दी दर्द जी होंगी ना वीड्डी पत्थरी ना ही होंगी और कभी पत्थरी जी जो जारी हो जिस तरह दसिया गरारी तरह होती है और वो ही पत्थरी जी जो निकल लगती तो तकलीफ देती क्योंकि नाली का मूँह छोटा होंगे कितने की पत्थरी निकल लगती ना तो मूँह के अगे आँगी असल हिस्स जी ना असल जरा हिस्सा वो कितने के मूँह अगे गुद्दे की नाली के मूँह अगे है जो प्रैशर पैंता है तो उ ज़्यादा हो हद को ज़्यादा वो फैलाव होगा तो तकलीफ देता चुन जारी हो चौबी जाना उन्हें फौरी तौर पर असल तक पहुँचना जिस तरह साबी कह रहे हैं जिस तरह साबी भी कह रहे हैं कोई भी फास्टफेयर की पत्थरियाँ अक्सर नरम होंदिया ने अंदर फिसलियां भी सख्त होंदिया ने भावें बनिया भी सब्जियां भी होंगे नवादात होंगे लेकिन वो भी सख्त बड़ी पत्थर तरह होंगे यूरिक एसिड की पत्थरियाँ बड़ी सख्त होंगे कौन पत्थरियाँ यूरिक एसिड की बड़ी सुरख होंगे फास्टफेयर की बड़ी जर्द होंगे या सफेद होंगे एक्जैल जी ब्राउन की किस्म की जी भी अजलाती किस्म की पत्थरी नबाताती लेकिन अजलाती किस्म की अब्दुल्ला साहब पांच किस्म की पत्थरियां दस के कह रहे उन्होंने नाल लिखिया शायद नहीं सुनिया तहरीक भी नाल लिखी खैर तो तुम सवाल करते पे पेशाब के बारे कुछ रह जी के हम पेशाब से गुफ्तगु हो रही है तो जेडे आदमी के कुबते बह है ही नहीं वो हाँ। पेशाब किस तरह का अक्सर सफेद हो जाता है दूसरे नंबर से सुरख भी होता है जो सुरख होगा देखो कुबत जी ना तिना कूत मिलकर ही बढ़ती है अगर आती सारी गुफ्ती तिने कूत हो बैलेंस हो तो कुबत ठीक है अगर एक भी बह गई तो उन्हें गल खत्म हो गई तीसरी बात जो अगलाती गुफ्ती बंदे ने वो ठीक रहेंगे ਸਪਰਮ ਵਾਲਾ ਵੀ ਮਸਲਾ ਥੋੜਾ ਯਾਦ ਕਰ ਦਿਓ ਇੱਥੇ ਸਪਰਮ ਵਾਲਾ ਵੀ ਉਹੀ ਜਿਹੜੇ ਹੁੰਦੇ ਹੱਥ ਚੱਲਦੇ ਫਿਰ ਮਾਲਕ ਦੀ ਕੁਦਰਤ ਬਿਲਕੁਲ ਨਾ ਡੈਡ ਨਾ ਐਕਟਿਵ ਨਾ ਸਲਗਿਸ਼ ਕੋਈ ਵੀ ਬਿਲਕੁਲ ਐਗੋ ਹੋ ਗਿਆ ਨਾ ਜ਼ੀਰੋ ਹੋ ਗਿਆ ਮਾਲਕ ਦੀ ਕੁਦਰਤ ਪੈਦਾ ਕਰਦੇ ਲੇਕਿਨ ਅਕਸਰੀਅਤ ਮੇਰੀ ਜਿਹੜੀ ਮੈਂ ਤਹਿਕੀਕ ਹੈ ਨਾ ਜਿਹੜੀ ਮੈਂ ਲੋਕਾਂ ਨੂੰ ਪੁੱਛਣਾ ਹੁੰਦਾ ਕੋਈ ਨਾ ਕਿਤੇ ਜਿਹੜੇ ਆਪਣੇ ਹੱਥ ਗਰੀ ਕਰ ਅਕਸਰੀਅਤ ਉਹ ਕਹਿੰਦੇ ਮੈਨੂੰ ਪਤਾ ਹੁੰਦਾ ਵਾਲੇ ਦਿਨ ਹੋਰ ਵੀ ਬੱਚੇ ਕਰਦੇ ਚਿੜੀਆਂ ਬੀਬੀ ਦੀ ਸੈਟਿਸਫੈਕਸ਼ਨ ਨਹੀਂ ਹੁੰਦੀ ਹਾਂਜੀ ਇੱਕ ਦਫ਼ਾ ਸ਼ਹੀਨ ਸਾਹਿਬ ਦੇ ਕੋਲ ਉਸਤਾਦਰਾਂ ਦੇ ਬੇਟੇ ਆਏ ਸਨ ਨਾਲ ਮਰੀਜ਼ ਲੈ ਕੇ ਆਪਣਾ ਨਾਸਰ ਸਾਹਿਬ ਅਤੇ
ਮਤਲਬ ਉਹਨਾਂ ਦੀ ਨਬਜ਼ ਦੇਖੀ ਉਹਨਾਂ ਨੇ ਲੈ ਕੇ ਉਹਨਾਂ ਆਏ ਸਨ ਉਹਨਾਂ ਨੂੰ ਪੁੱਛਿਆ ਕਿ ਮੈਂ ਮਰੀਜ਼ ਲੈ ਕੇ ਆਉਂਦੇ ਲੱਗੇ ਇਹਨਾਂ ਦੀ ਨਬਜ਼ ਦੇਖੀ ਚੈੱਕ ਕੀਤੀ ਕਿ ਇਹਨਾਂ ਦੀ ਔਲਾਦ ਦੀ ਹੈ ਔਰ ਇਹ ਗੱਲ ਦੀ ਤਾਰੀਖ ਸੀ ਹਾਂ ਉਹ ਅਜਮਲ ਤਾਰੀਖ ਉਹਨਾਂ ਪਛਾਣ ਲਈ ਉਹਨਾਂ ਦੀ ਇੰਨੀ ਮਾਦ ਸੀਗੀ ਮਾਸ਼ਾ ਉਹਨਾਂ ਵੇਖ ਲਿਆ ਤਾਰੀਖ ਨਬਜ਼ ਨਹੀਂ ਨਾ ਖੁਦ ਬੋਲਦੀ ਜਦੋਂ ਤੁਸੀਂ ਆਪਣੀ ਸੀਟ 'ਤੇ ਬੈਠੇ ਨੇ ਸਨੀਅਤ ਨਾਲ ਮੈਂ ਆਸੇ ਪਾਸੇ ਹਾਂ ਮੈਨੂੰ ਨਹੀਂ ਭਾਈ ਸਮਝਾਉਂ ਮੈਂ ਸੀਟ 'ਤੇ ਬੈਠੇ ਹਾਂ ਨਾ ਅੱਲਾ ਵੀ ਮੇਰੇ ਛੋਟੇ ਬੋਲਦਾ ਮੈਂ ਕਰਨ ਨਜ਼ਰ ਆਉਂਦਾ ਹੁੰਦਾ ਯਾਨੀ ਕਿ ਮੇਰਾ ਜ਼ਿਹਨ ਖੁਦ ਕਹਿੰਦਾ ਕਿ ਇਹਨੂੰ ਬੋਲ ਦੇ ਬਹੁਤ ਨਿਕਲਦੀ ਗੱਲ ਆਪਣੇ ਫੀਲਡ ਦੇ ਉੱਤੇ ਉਸ ਨਾਲ ਉਹਨਾਂ ਦੀ ਨਬਜ਼ ਅਜਮਲ ਸਾਹਿਬ ਨੂੰ ਮੈਂ ਚੈੱਕ ਕਰਾਈ ਸੀ ਤਾਂ ਦੱਸਿਆ ਸੀ ਪੰਜਵੇਂ ਟਾਪਿਕ 'ਤੇ ਪਤਾ ਨਹੀਂ ਉਹਨਾਂ ਨੂੰ ਮੈਨੂੰ ਤਾਂ ਕਦੀ ਯਾਦ ਨਹੀਂ ਅਤੇ ਤੁਸੀਂ ਨੀਅਤ ਕਰਕੇ ਬੈਠੋ ਜਿਹੜੇ ਆਪਣੇ ਫੀਲਡ 'ਤੇ ਜਿਹੜਾ ਤੁਹਾਡਾ ਕੋਈ ਕੰਮ ਹੈ ਨਾ ਤੁਸੀਂ ਆਪਣੇ ਉੱਥੇ ਬੈਠੋ ਸੀਟ 'ਤੇ ਤੁਸੀਂ ਉਹਦੀ ਕੋਈ ਆ ਗਿਆ ਕਹਿੰਦਾ ਕਿ ਫਲਾਣਾ ਫਾਲ ਦੀ ਵੀ ਹੈ ਲੋਹਿਆ ਇਸ ਤਰ੍ਹਾਂ ਦਾ ਹੀ ਇਸ ਤਰ੍ਹਾਂ ਦਾ ਹੀ ਇਹ ਸਰੀਰ ਨਹੀਂ ਸਹੀ ਹੈਗਾ ਨਹੀਂ ਸਹੀ ਹੈਗਾ ਜਾਂ ਐਰੇ ਠੀਕ ਹੈ ਬਟ ਮਾਰਾ ਤੋਂ ਹਾਂ ਜੀ ਅਲਹਮਦੁਲਿਲਾ ਆਪਣੇ ਜੋ ਬੈਠੇ ਹੋ ਉਸ ਤਰ੍ਹਾਂ ਜਿਹਨੂੰ ਆਮ ਹੋਇਆ ਤੁਸੀਂ ਉਜੜਦੇ ਉਜੜੀ ਨਜ਼ਰ ਵੇਖਣਾ ਤੁਹਾਡੇ ਸ਼ਾਇਦ ਉੱਥੇ ਉਸ ਨੁਕਤੇ 'ਤੇ ਨਾ ਪਵਾਉਣ ਅਤੇ ਉਹ ਆਪਣੇ ਜਦੋਂ ਤੁਸੀਂ ਬੈਠੇ ਹੀ ਉਸ ਨਜ਼ਰ ਦੇ ਨਾਲ ਉਸ ਨੀਅਤ ਨਾਲ ਅਤੇ ਅੱਲਾ ਕੋਈ ਮਦਦ ਮੰਗ ਕੇ ਨਹੀਂ ਅੱਛਾ ਉਹ ਬੁੱਧੀ ਤਹਿਰੀਕ ਦਾ ਬੰਦਾ ਹੋਏਗਾ ਅਤੇ ਪਛਾਣਿਆ ਜਾਂਦਾ ਫੌਰੀ ਤੌਰ 'ਤੇ ਫਿਰ ਜਿਹੜੇ ਉਹ ਬੰਦੇ ਨੇ ਉਸ ਤਰ੍ਹਾਂ ਵੀ ਮਾਂਦ ਵੀ ਹੋ ਜਾਂਦੇ ਕੋਈ ਸਾਰੇ ਨਹੀਂ ਹੁੰਦੇ ਕੋਈ ਕੋਈ ਹੁੰਦੇ ਬੁੱਧੀ ਬੰਦੇ ਬੱਚੇ ਵੀ ਬੜੇ ਹੁੰਦੇ ਉਹਨਾਂ ਸਪਰਮਟ ਉਹਦਾ ਛਾਲਾ ਮਾਰ ਦੇ ਜਾਂਦੇ ਦੂਰ ਤੱਕ ਪਹੁੰਚ ਜਾਂਦੇ ਅੱਗ ਵਰਗੂ ਯਾਨੀ ਕਿ ਉਹ ਫੌਰੀ ਤੌਰ 'ਤੇ ਵੀ ਹੁੰਦੇ ਉਹਨਾਂ ਦੇ ਬੱਚੇ ਵੀ ਬੜੇ ਆ ਜਾਂਦੇ ਅੱਗੋਂ ਬੀਬੀ ਉਹ ਸਹੀ ਹੋਵੇ ਅੱਗੇ ਕੋਈ ਸਵਾਲ ਕਰ ਲਓ ਬਾਅਦ ਮੈਂਸੇਜ ਜਾਰੀ ਕਰੋ ਉਹਦੇ ਮੈਂਸੇਜ ਜਾਰੀ ਆਉਣਗੇ ਤਿਆਰ ਕਰਾਏਗਾ ਐਵੇਂ ਜ਼ਰਾ ਕੋਈ ਬੇਟੇ ਆ ਜਾਏ ਨਾ ਮੈਂਸੇਜ ਉਹ ਰਾਸਤਾ ਖੁੱਲ੍ਹਣਾ ਐਦ ਨੇ ਆ ਜਾਣਾ ਉਹ ਤਾਂ ਵੀ ਠੀਕ ਹੈ ਜ਼ਰੂਰੀ ਨਹੀਂ ਕਿ ਬਹੁਤੇ ਸਾਰੇ ਆਉਗੇ ਥੋੜ੍ਹੇ ਜਿਹੇ ਵੀ ਆ ਗਏ ਤਾਂ ਵੀ ਚਾਂਸ ਹੁੰਦੇ ਨੇ ਅਤੇ ਜੇ ਬਿਲਕੁਲ ਹੀ ਬਲਾਕ ਦੇ ਫਿਰ ਬਲਾਕ ਨੇ ਫਿਰ ਜਿਹੜਾ ਨਾ ਅਤੇ ਕੁਦਰਤ ਮਾਲਕ ਦੀ ਕੁਦਰਤ ਅਤੇ ਸੁਧਾਰ ਸੋਤੇ ਸੁੱਤੇ ਆਉਣ ਸਭ ਕੁਝ ਬੁੱਢੇ ਵੀ ਹੋ ਜਾਏ ਤਾਂ ਉਹਨੂੰ ਜਗਾ 60-60 ਸਾਲ 70-70 ਸਾਲ 80-80 ਸਾਲ ਸਾਰੇ ਅੰਬੀ ਵਾਲਾ ਸਾਹਮ ਕੇ ਸਾਦਾ ਨਹੀਂ ਅਤੇ ਅਥੈਂਟਿਕ ਗੱਲਾਂ ਨੇ ਜਿਹੜੀ ਹੈ ਹੀ ਨਹੀਂ ਸ਼ੱਕ ਹੀ ਨਹੀਂ ਹੋ ਸਕਦਾ ਅਤੇ ਅੱਲਾ ਜਿਹੜੀ ਆਪਣੀ ਸੁਨਤ ਜਾਰੀ ਕਰਦੇ ਨਾ ਉਹ ਤੁਹਾਡੇ ਵਾਸਤੇ ਹੁਣ ਨਮੂਨਾ ਹੈ ਤੁਸੀਂ ਉਹਦੇ ਤੋਂ ਲੱਭਣਾ ਹੈ ਉਹ ਤੁਹਾਡੇ ਵਾਸਤੇ ਵੀ ਹੈ ਤੁਸੀਂ ਉਹਦੇ 'ਤੇ ਲੱਭ ਕੇ ਤਲਾਸ਼ ਕਰਕੇ ਤੁਸੀਂ ਵੀ ਉਸ ਨਹੀਂ ਹਾਸਲ ਕਰ ਸਕਦੇ ਮੇਰਾ ਬਹੁਤ ਪਿਆਰਾ ਬੱਚਾ ਹੈ جو رائٹ سائڈ پہ عضلاتی پتھری بنتی ہے اس میں کیا عضلاتی ٹیشو زیادہ ہوتے ہیں جو عضلاتی پتھری بن جاتی ہے اور لیفٹ سائڈ پہ گڈی ٹیشو زیادہ ہوتا ہے جو گڈی پتھری بن جاتی ہے کیا ایک جو اپنا کڈنی ہے اس میں مطلب ایک جیسی ان کی شیپ نہیں ہے یہ ان میں فرق ہے بناوٹ کے تو یا ہم یہ کنفرم کر لیں کہ جو رائٹ سائڈ پہ جو عضلاتی پتھری بن رہی ہے تو وہ مطلب جو رائٹ والی ہے وہ عضلاتی ہی ہو اس میں گڈی پتھری نہیں بن سکتی ਇਹ ਸਵਾਲ ਤੇ ਅਸੀਂ ਅਸਲ ਅਬਾਸੀ ਸਾਹਿਬ ਤੇ ਕਰਨ ਵਾਲਾ ਕਿਹ ਨਾ ਕਿ ਇਸ ਬੇਸ ਤੇ ਕਿਹਾ ਗਿਆ ਮਕਾਮ ਕੇ ਇਤਬਾਰ ਸੇ ਮਕਾਮ ਕੇ ਇਤਬਾਰ ਸੇ ਕਹਾ ਹੈ ਮਕਾਮ ਤੇ مقام کے اعتبار سے کہا یہ نہیں ہو سکتا کہ رائٹ سائڈ پہ عضلاتی ہے تو لیفٹ سائڈ پہ عضلاتی نہیں بن سکتا بن سکتی دونوں کڈنی جو ہے انہوں نے کام ایک یک وقت ایک ہی مادہ خارج کرنا ہے تو دونوں گردوں میں بھی پتھری بن سکتی ہے ایک ہی قسم کی ہاں جی نہیں وہ جو انہوں نے بات کی تھی وہ مقام کے لحاظ سے مقام کی ہے اس کے حساب سے کی تھی ٹھیک ہے سمجھانے کے لیے اکثریت جو ہے نا اکثریت سمجھ لو اس طرح سمجھ لو کہ اکثر اسلام بول دو قانون دیتا ہے لیکن بن سکتی دونوں پاسے ہوں ابھی تو کہنے ہیں کہ گڈی کا ایکسیڈنٹ ہو جائے تو ویسے وہ ادھر آپ ہی آ کے وی گیا مالک کا ایک اپنا بھی نظام قانون قدرت بھی چلتا جا سا اکلوت ہے ساری اکلوت تک اپروچ نہیں پہنچ رہی ویسے بھی اصول بنائے ہیں نا
वो असूल जड़े ने साडे असन समझ समझे ना सी जड़े असी उठे बना देने साइंस देखो ना इस तरह एक असूल सोच समझ के कानून बनाऊंगी आए दिन देखो वो जो नवी रदो बदल हो तब्दीली हो साड़ी सोच इंसान की तब्दीली आ सकती है उस मुकाम निस्बत जरूर है उस मुकाम के नी नस्बत जरूर है थोड़ा जहा वह फर्क यह होएगा कि वो अपनी जाति जी तशखस है उन्होंने बरकरार रखनी वो अपना एक जाति मिजाज होएगा एक मिजाज एक थोड़े मिजाज के दो चीज़ा ने एक दो कफीत ने एक फेली एक फाइली एक कैफियत जी ना थोड़ी उस मुकाम की होनी दूसरी कैफियत थोड़ी अपनी जाति होनी मैं इस तरह दसना मछली है की पानी का मिजाज है सर्दता और जी मछली है या कोई दीगर जानवर जो पानी में रही जाए कोई भी तो मछली क्यों असी ज्यादा ना इस वास्ते मैं ज्यादा मिसाल देती वरना जोड़ा भी पानी में रहा उधर वह एक मिजाज उ होना है वह सर्दी हो तरी हो एक मिजाज वह अपना दा मछली का मिजाज यह है मिजाज मछली जी बजाते कुछ सर्द कुछ पानी सर्दता है सर्दी सर्दी ना पैन जाएगी तरी जी खुशकी च बदल अगर वह भी सर्दतार होंगी तो वह वजूद किए कैमरे में इस तरह गुरदे की पत्थरी जी बनी गुरदे गुरदा बजाते खुद जोड़ा है बुद्धि जाती है वो अपने जाति की छोटी हूँ इतने फर्क आ गया बनावट का एक रैश का यदि मिसाल भी सुन लगा किसी इलाके का पानी है लून वाला उत्थे जो दरख्त होगा जो पौधा होगा उसके नमकियात पानी की होगी किसी इलाके का है कैल्शियम वाला किसी इलाके का पानी मिठा उन्होंने जी उतों की फसल ने उन्होंने उन्होंने असरा चु फर्क आना ही होना भावें वह कड़की उगाई हो भावें चावल उगाए हो उस इलाके भावें कोई चीज़ उगाई हो उन्होंने हम तासीर च फर्क होना अफगंध रंगोरी कहते जी दाल चीनी कहते जी या कोई उसे हूँ उस इलाके के जो दरख्त ने उतों की वो जी ना उन्होंने ज्यादातर तिब्बे गरीब के जो बना रखे हैं ना उस इलाके की जी थी मतलूबा मकासद तुम दे सकते वो पा सकते दूसरी जगह तो गई वो मुख्तलिफ ने मुकाम जोड़ा कुछ गर्म है यह जो गिरफ्तार है इस लिहाज ना उन्होंने है तो गुरदे ही ने फर्क है तो उधर जसबीर सिंह भी बैठे ने साहब भी बैठे ने मैं तो बंदे ही है लेकिन उपवास खूबियां बखरिया ने साडे जज्बात बखरे ने साडे बल्कि साडे दीन तो वेख लो साडे दीन तो कितना फर्क दीन भी एक हो लेकिन उसके बावजूद साडे तो खूबियां बखरिया इसे तरह इन्होंने गुरदियां दे विच ही उन्होंने करदे ते फंक्शन एको जिहा ही लेकिन उन्होंने अल्लाह ने खासियत वक्री वक्री उन्होंने जरूर फर्क है और इसे फर्क की बिना के उत्ते जो गुरदा खराब होंगे दूसरे पर बोझ भी बनता उस तरह भी खराब हो जाता है लेकिन वो जो मादे उन्हें कदने सन ना जो उन्हें अपने एंजाइम देने सन वो नहीं देखो ज्यादा सारी बॉडी के फिर असरा मनफी पैन लगता बाद उपात एक बंद एक गुरदा का निकल गया होंगे या खराब होंगे तो एक गुरदे के चलता है सेहतमंद नहीं ना सीना तान के मैदान जंग सोने लगना जिदा जिगर गुरदा ठीक है आम लोग बोलिया जाना जिगर गुरदा
दर्द कुलांज होंगी है जी उसकी मान के सूढ़ा बन जाएगा दर्द कुलांज मरीज तड़फदा एक आंत से दूसरी आंत में दर्द से एलवेज कहें उत्थे सूढ़ा बनता उल्टी आनी शुरू हो जाती है आंत दूसरी आंत के दंस जाती है एलवेज कहें तो उत्थे कहें डॉक्टर कहें ऑपरेशन करो ऑपरेशन वगैरह हल कोई नहीं क्या दर्द कुलांज और एलवेज में क्या फर्क हाँ क्या फर्क है जो आंत दूसरी आंत में दर्द जाती है जिथे भी रुकावट आ गई दर्द भी आनी चाहिए कुलांज की दर्द अभी कहने कानून तो अक्सर पिते का जो मुआद है ना सुखरा निकल पाता सही तरह नहीं निकलता है पखाना जरा सही नहीं खारज नहीं ज्यादा सुखा बन पा उन्होंने कुलांज के नाम तो रखा हुआ दूसरे नंबर जो आम फस गई तो उसे रुकावट तो आई हूँ पिछला मुआद पिछे पिछे जो अगला हो गए तो उसे निकलता नहीं पिया कि पेशाब भी बंद हो जाए धागा बन दिए खून इधर तुर नहीं जाता तो कला हो पीना कुछ देर बाद कि दर्द होंगी फिर सौ नहीं लग पा सौ ही जाता फिर डेड ही हो जाए फिर बटना ही पैगा इस तरह ही वह आंत जो अड़ गई ने उन्होंने अगे नहीं जाता तो दर्द तो होनी तबीयत ने जोर तो लाना लाओ हूँ तुम उ करना है इन्नी फिजियोथरापी आँगी होगी तुम अनाटमी का पता होया तो फिजियोथरापी के नीचे वेखो कि जिम्मे दसिया उन्होंने कि हथ लाओ इतने गुरदा थोड़ा अंगूठे थले आना तो पता लग जाए कि पत्ती कितने जितने दर्द महसूस जी जी दसिया नहीं था इस तरह ही अंदाजे नहीं जिते दर्द होंगी है ना मरी मरीज वेखो उसे तुम अनाटमी वेखी तो वेखो कितों पड़िया उतो मार्च करोगे दर्द उतों इस तरह कर लोगे इस तरह कर लोगे नहीं तो अक्सर जरा पानी जो लून बहुत सेर से बिल्कुल इस तरह इलाज होगा जी नमक पानी गर्म के टकोर की तबीयत रख के डॉक्टर ने जवाब देते ऑपरेशन करो मरीज ठीक हो हाँ ठीक हो नमक जो उन्हें धसना है जो खराब हो जाए गैस भर जाए रात मलजी माले बनाई देने लून लून जरा सुफरा है इस सुफरा गया बनिया के खाल करना असं सुफरा पैदा करना लून ने सुफरा पैदा कर दिता सुफरा पैदा किया गर्मी गई उन्हें खोल दिता हूँ असली सुफरा तो नहीं होया लेकिन उन्हें वक्ती तौर पर उन्हें वो खासियत पैदा कर सी शरीर में ढिडा कर मरीज में ढिडा कर दिता आंत में ढिडा कर और डॉक्टर बेजिद सी जी ये ऑपरेशन नहीं करना पे मामू सा पांच दिन रात दिन लगे रहा और इन शाला बिल्कुल सही मालूम हाँ जी ठंड मौसम भी हो जाता है वर्ग मोटे ताजे बंदे भी मिली प्रोसेस नहीं पानी पीता जरा पानी पहला गया से ना वो निकल गया से वो जो ताला गया से उन्हें थोड़ा जो प्रोसेस करके उन्हें उसे पहुँच जाना वो पहला जरा से निकल गया हूँ वो पहला निकल गया वो उसे गया ना वो पीछे फिर पानी की कमी है वो पीना है ये भी शुगर वाले का हाल पानी उसे हरारत नहीं है हरारत होती है जिसम टिशू के बच्चे शामिल होंगे टिशू की ज्यादा प्रोसेस कर दे उसके जानवर से अपना कैमिकल होंगे भी बन दो जिसम जो हादमा कर फिर उसे नहीं उस तरह ही कच्चा ही उदा ही निकली जाता है जो बलदियाँ आंत जो बल के गुरदियाँ चल गया बाल लेकिन वो जो किया पेशाब आ गया ना वो पहला निकलिया जो पहलों किया फिर बाद अल्ट्रासाउंड रिपोर्ट लैके आता कहना मेरे दोनों गुरदे पत्थरियाँ बरीक ने दोनों गुरदे इलाची भी पा ली हूँ असं आमला हर देने काले चने देने असाबी होंगे वो असाबी गुर्दा जो सकून च होंगे गुर्दे ने अस तहरीक देने होंगी
पत्थरी हो आसा निकल पैना तो जो असाबी होगा वो अलकली है असं थोड़ी जी एसिड दे देने यानी एसिड पैदा होने तभी फुलना पैना अलकली अलकली तो कुछ गुरदे ने हिंडना भी है तो लिया तो उन्हें जो मुआद उन्हें बाहर कहीं होना अगर रेग तो निकली जानी छोटी पत्थरी तो भी निकल जानी वही जी उन्हें ऑलवेज फुलना पड़ना इस तरह जो गुरदी ने उन्होंने किताब अगलाती ने यू के सुने सुख का किताब उन्हें भी कभी किसी भी पत्थरी या गुरदे की पत्थरी आ रही है और असं असाबी ना देने इनिया भी असाबी नहीं देते जी गुरदी असाबी रख के देने यानी एकदम असाबी खुद भी नहीं तोड़ते हूँ गुड्डी उन्हें तभी लम्बे पै जाते वो गुड्डी साबी चीज़ देने उन्होंने पाँच नंबर दे दे अपने चार नंबर गुड्डी साबी कही है पाँच नंबर दे दे कभी असं मैं मेहदा भी दे देना कभी माझे भी दे देना गुड्डी दिला की बनाई नहीं फिर जो नमक पाया उन्हें गुड्डी साबी बनाया माझ किया गुड्डी साबी कभी मेहदे में मैं हाथ नौ असी पाने फलाने पेशे मिजाज के मजदूर आदमी रात ना काम करना रात ही हो एक वकील एक जज ने दो मुस्तलिम ने ਅੱਜ ਆਰਾਮ ਨਾਲ ਬੈਠ ਕੇ ਸੁਣਦਾ ਪਿਆ ਵਕੀਲ ਜਿਹੜਾ ਬੋਲਦਾ ਪਿਆ ਵਕੀਲ ਅਜ਼ਲਾਤੀ ਹੈ ਉੱਥੇ ਜੱਜ ਗੁੱਡੀ ਇਹ ਲੱਕੜੀ ਵਾਲਾ ਅਜ਼ਲਾਤੀ ਕਿਉਂ ਨਹੀਂ ਹੈ ਲੱਕੜੀ ਵਾਲਾ ਅਜ਼ਲਾਤੀ ਕਿਉਂ ਖਰਾਬ ਦਾ ਕੰਮ ਕਰ ਰਹੇ ਕਿਵੇਂ ਦਿੰਦੇ ਲੜਾਕੇ ਹੋਣ ਭਾਵੇਂ ਉਹ ਗੁੱਡੀ ਵੀ ਹੋਣ ਤਾਂ ਵੀ ਜਿਹੜੇ ਨਾ ਬੜੇ ਸਖਤ ਜਾਨ ਹੋਣਗੇ ਇੱਕ ਮਰੀਜ਼ ਆ ਜੀ ਉਹ ਬੱਚੇ ਨਹੀਂ ਬਚੇ ਦੋ ਜਿਹੜੇ ਪਿੱਛੇ ਜੋ ਫੌਤ ਹੋ ਗਏ ਨੇ ਉਹ ਤੋਂ ਬਾਅਦ ਫਿਰ ਉਮੀਦ ਆ ਗਈ ਲੜਕੀ ਉਹਦੀ ਪੇਨ ਬੜੀ ਸਖਤ ਹੋ ਰਹੀ ਉੱਥੇ ਕੀ ਕਰਨਾ ਦੁਬਾਰਾ ਦੱਸਣਾ ਬੱਚੇ ਨਹੀਂ ਬਚੇ ਔਰਤ ਦੇ ਮਰੀਜ਼ਾਂ ਦੇ ਬੱਚੇ ਨਹੀਂ ਬਚਦੇ ਅਤੇ ਉਮੀਦ ਆ ਗਈ ਜੀ ਉਸ ਤੋਂ ਦੁਬਾਰਾ ਫਿਰ ਉਮੀਦ ਆ ਗਈ ਕਿੰਨਵੀਂ ਦੇਰ ਪਹਿਲਾਂ ਵੀ ਨਹੀਂ ਪਹਿਲਾਂ ਵੀ ਹਾਂਜੀ ਦਰਦ ਬੜੇ ਸ਼ਦੀਦ ਹੋਣ ਡੈ ਪਈ ਅਤੇ ਅਗਰ ਉਹਦੀ ਬਿਨਾਹ ਦੇ ਆ ਤਾਂ ਉਹ ਅਮਲ ਜਿਹੜਾ ਗੈਰ ਤਵੀ ਜਗ੍ਹਾ 'ਤੇ ਚਲਾ ਕੇ ਯਾਨੀ ਉਹ ਤਵੀ ਮੁਕਾਮ 'ਤੇ ਨਹੀਂ ਹੈਗਾ ਅਮਲ ਗੈਰ ਤਵਾ ਕਿਸੇ ਐਸੇ ਮੁਕਾਮ 'ਤੇ ਜਿੱਥੇ ਨਹੀਂ ਸੀ ਠਹਿਰਨਾ ਚਾਹੀਦਾ ਜਾਂ ਕੋਈ ਜਗ੍ਹਾ ਨਹੀਂ ਹੈ ਭਾਵੇਂ ਨਾਲੇ ਕਿੱਧਰ ਆ ਗਿਆ ਅਤੇ ਭਾਵੇਂ ਉਹ ਕਿਸੇ ਹੋਰ ਜਗ੍ਹਾ 'ਤੇ ਆਦਮ ਦਾ ਸੁਲਾਕੀ ਆ ਹੈ ਬੁੱਧੀ ਹੈ ਪਿਸ਼ਾਬ ਦਾ ਹਾਂਜੀ ਬੀਬੀ ਗੁੱਧੀ ਦਾ ਪਿਸ਼ਾਬ ਦੀ ਨੀਏ ਦਾ ਦੋਨਾਂ ਦਾ ਹੀ ਦੋਨਾਂ ਬੁੱਧੀ ਨੇ ਦੋਨੇ ਬੁੱਧੀ जनीन बनता पे सही नहीं है भी हो रही है और तकलीफ दे रही चिंतना अपने रेम के नाल ही या उन्हें नाली भी जा पड़े तीन जाया हो अगर इस तरह रहा हूँ जाया होना क्योंकि तहरीक उसे जारी होगी अगर भी जो बच्चे दो उस टाइम दर्द होगी एक बच्चे हुए उदो भी दर्द होगी हाँ जी लेकिन पैदाइश तो बाद लीले पीले हो गए बच्चे बहुत हो ऐसे कैसे हो गए ही पैदाइश नजरमा पूरी होती लीले पे ना खून पूरा नहीं मिले ऑक्सीजन भी पूरी नहीं मिली नवा महीने तो पूरे हाँ जी हाँ जी नौ महीने हूँ मैं उस मलैया पांच मलैया तो सूसी दी हाँ ठीक दी थी ठीक ही मैंने रिपोर्ट ठीक आ गई ठीक उन्होंने दिता तो सही पानी च भी बिठा या पानी के ना फटकरी वाले पानी ने उन्होंने बिठा भी दो पानी खत्म फटकरियाँ बराए ना पानी नहीं फिर इसको ख्याल रखो नियम के पानी बिठा दी।
चलो जी बस जाकर ला जी कीफ साहब बस बहुत शुक्रिया करून रंज हाँ तो ठीक है ना करून बेचारे तकलीफ पहुंची है ठीक दुरुस्त कर लो माशा जलाती पत्थरियों पर खून बंद हो जाए राजन जी खून जान बंद हो जाती है फिर खून नहीं इतने जाना हाथ भी जो सो जाते जो उठते ने खून जान लग पा ठीक हो नहीं एक मतलब कि अगर रात देर तक सुते रह जर्सी पा के जराबा पा के रजाई लैके सौ और बल्कि मैं कहूँ चुकी लैके ना बुफल मार के सौ इतने हरात पहुंची रहे करके दवाई की जरूरत है करके वे और कुछ पाओ मोटी चाहिए खून बनना चाहिए चलो यकीन सब जजाक बहुत शुक्रिया।